ਸੋ ਮੇਜਰ ਮਾਰਕਟ ਵੱਲੋਂ ਅੱਜ ਦੀ ਪੌਡਕਾਸਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਸਭ ਨੂੰ ਅਰਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣੀ ਪੌਡਕਾਸਟ ਦੇ ਵਿੱਚ ਆਪਾਂ ਸਮਾਜਿਕ ਵਿਸ਼ੇ ਨੇ ਜਿਹੜੇ ਵਿਚਾਰਦੇ ਰਹਿੰਦੇ ਹਾਂ ਤੇ ਬੱਖੋ ਬੱਖਰੇ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਤੁਹਾਡੇ ਵੱਲੋਂ ਕਾफी ਸਹਿਯੋਗ ਵੀ ਮਿਲਦਾ ਹੈ ਅੱਜ ਮੈਨੂੰ ਤੁਹਾਡੇ ਬਹੁਤ ਸਾਰੇ ਸਹਿਯੋਗ ਦੀ ਆਸ ਹੈ ਸੋ ਉਮੀਦ ਕਰਦਾ ਹਾਂ ਕਿ ਤੁਸੀਂ YouTube ਤੇ ਜਾ ਕੇ ਸੋ ਇਹ ਗੱਲਬਾਤ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਆਪਾਂ ਜਾ ਰਹੀ ਹੈ ਤੁਸੀਂ ਕਿਸੇ ਵੀ ਦੁਨੀਆ ਦੇ ਮੁਲਕ ਦੇ ਵਿੱਚ ਬੈਠੇ ਦੇਖਦੇ ਹੋ ਤਾਂ ਸਾਨੂੰ ਆਪਣਾ ਜਿਹੜਾ ਫੀਡਬੈਕ ਆ ਜਰੂਰ ਦੱਸੋ ਕਿ ਤੁਸੀਂ ਇਸ ਗੱਲਬਾਤ ਨੂੰ ਸੁਣਦੇ ਹੋ ਤੁਸੀਂ ਆਪਣੇ ਵਿਚਾਰ ਭੇਜੋ ਜੇ ਤੁਸੀਂ ਵਿਚਾਰ ਰਿਕਾਰਡ ਕਰਕੇ ਭੇਜੋਗੇ ਤਾਂ ਅਸੀਂ ਤੁਹਾਡਾ ਅਗਲੀ ਪੋਸਟ ਪੌਡਕਾਸਟ ਦੇ ਵਿੱਚ ਲਾ ਵੀ ਸਕਦੇ ਹਾਂ ਤੇ ਜਾਂ ਆਪਾਂ ਉਹਦੇ ਬਾਰੇ ਜ਼ਿਕਰ ਵੀ ਕਰ ਸਕਦੇ ਹਾਂ ਸੋ ਅੱਜ ਆਪਾਂ ਇੱਕ ਬੜਾ ਹਲਕਾ ਫੁਲਕਾ ਜਿਹਾ ਵਿਸ਼ਾ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਹਾਂ ਐਵੇਂ ਹਲਕਾ ਫੁਲਕਾ ਨਹੀਂ ਚਾਹ ਦੇਖੀ ਜਾਈ ਦੇਖੀ ਇਹ ਤਾਂ ਕਾਫੀ ਇਹ ਸੋਚਣ ਵਾਲਾ ਵੀ ਹੈ ਸੋਚਣ ਵਾਲਾ ਇਸ ਕਰਕੇ ਹੈ ਅ ਸੋ ਬਹੁਤ ਸਾਰੇ ਬੰਦੇ ਆਪਾਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਿ ਕੋਈ ਕਿਸੇ ਨੂੰ ਕਿਸੇ ਦੀ ਭੇਡ ਦੱਸ ਰਿਹਾ ਹੈ ਕੋਈ ਕਿਸੇ ਨੂੰ ਕਿਸੇ ਦੀ ਭੇਡ ਦੱਸ ਰਿਹਾ ਹੈ ਤਾਂ ਮੇਰੇ ਦਿਮਾਗ 'ਚ ਆਇਆ ਕਿ ਕੀ ਆਪਾਂ ਇਸ ਵਿਸ਼ੇ ਤੇ ਵਿਚਾਰ ਕਰੀਏ ਕਿ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਜਿਹੜੀ ਭੇਡ ਚਾਲ ਦੀ ਪ੍ਰਵਿਰਤੀ ਹੈ ਕਿ ਉਹ ਇੱਕ ਦੂਸਰੇ ਨੂੰ ਦੇਖ ਕੇ ਕੰਮ ਕਰਦੇ ਨੇ ਜਾਂ ਕਹਿ ਲੋ ਕਿ ਉਹ ਆਪਣਾ ਬ੍ਰੇਨ ਆਪਣਾ ਦਿਮਾਗ ਹੈ ਜਿਹੜਾ ਉਹ ਚੀਜ਼ਾਂ ਲਈ ਸੂਚ ਨਹੀਂ ਕਰਦੇ ਸੋ ਜਿਹੜੀ ਕਮਿਊਨਿਟੀ ਦੇ ਵਿੱਚ ਰਹਿ ਰਹੇ ਹਾਂ ਅਸੀਂ ਸੋ ਇਹ ਜਿਹੜਾ ਹੈਗਾ ਇਹ ਨਿਝ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਨੇ ਸਾਡੇ ਕੀ ਹੁੰਦਾ ਹੈ ਕਿ ਸਾਡੇ ਇੱਕ ਤਾਂ ਹਰ ਬੰਦਾ ਹੀ ਸਿੱਖਿਆ ਦੇਣ ਵਾਲਾ ਬਣਿਆ ਹੋਇਆ ਹੈ ਕਿ ਜੇ ਤੁਸੀਂ ਕਿਸੇ ਨੂੰ ਕੋਈ ਖਬਰ ਲੈਣ ਜਾਂਦੇ ਹੋ ਜਾਂ ਕੋਈ ਕੋ ਬਿਮਾਰ ਹੈ ਤਾ ਅਸੀਂ ਜਿਹੜਾ ਤੁਰੰਤ ਉਹਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦਨੇ ਆ ਕਿ ਭਾਈ ਤੂੰ ਆ ਖਾ ਤੂੰ ਹਲਦੀ ਪੀਆ ਕਰ ਤੂੰ ਜੇਕ ਆਇਆ ਕਰ ਤੂੰ ਬੋਖ ਆਇਆ ਕਰ ਤੋ ਇਸੇ ਤਰ੍ਹਾਂ ਜੇ ਕਿਸੇ ਨੂੰ ਕੋਈ ਓਵਰ weight ਹੈ ਤੇ ਉਸ ਨੂੰ ਬਗੈਰ ਕਿਸੇ ਗੱਲ ਦੇ ਜਾਣਿਆ ਕਿ ਇਸ ਨੂੰ ਪ੍ਰੋਬਲਮ ਕੀ ਹੈ ਮਤਲਬ ਇਹਦਾ ਜਿਹੜਾ ਜਿਸਮ ਹੈ ਇਹਦੇ ਵਿੱਚ ਕੀ ਨੁਕਸ ਹੋ ਸਕਦਾ ਅਸੀਂ ਉਸ ਨੂੰ ਵੀ ਸਲਾਹਾਂ ਦੇਣੀਆਂ ਸ਼ੁਰੂ ਕਰ ਦਨੇ ਆ ਗੱਲ ਕੀ ਕਿ ਜੀਵਨ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਤੇ ਜਿਹਦੇ ਵਿੱਚ ਅਸੀਂ ਸਲਾਹ ਨਹੀਂ ਦਿੰਦੇ ਅਸੀਂ ਹਰ ਚੀਜ਼ ਦੇ ਹੀ ਐਕਸਪਰਟ ਹਾਂ ਅਸੀਂ ਡਾਕਟਰੀ ਦੇ ਵੀ ਐਕਸਪਰਟ ਆਂ ਅਸੀਂ ਸਮਾਜਿਕ ਜੀਵਨ ਦੇ ਵੀ ਐਕਸਪਰਟ ਆਂ ਅਸੀਂ ਰਿਸ਼ਤਿਆਂ ਦੇ ਵੀ ਹਰ ਚੀਜ਼ 'ਚ ਜਿਹੜੀਆਂ ਸਲਾਹਾਂ ਨੇ ਉਹ ਦਿੰਨੇ ਆਂ ਸੋ ਜਿਸ ਤਰ੍ਹਾਂ ਅਸੀਂ ਆਪ ਚੀਜ਼ਾਂ ਨੂੰ ਫਾਲੋ ਕਰਦੇ ਆਂ ਤਾਂ ਉਸ ਤਰ੍ਹਾਂ ਅਸੀਂ ਚਾਹੁੰਦੇ ਆਂ ਕਿ ਜਿਹੜੀ ਦੁਨੀਆ ਸਾਰੇ ਉਹ ਸਾਨੂੰ ਫਾਲੋ ਕਰੇ ਜਿਵੇਂ ਮੈਂ ਕਹਿੰਨਾ ਵਾ ਸੋਸਤਰਾ ਮੰਨੇ ਜਿਵੇਂ ਮੈਂ ਕਹਿੰਨਾ ਆ ਖਾਓ ਉਸ ਤਰ੍ਹਾਂ ਖਾਵੇ ਜਿਵੇਂ ਮੈਂ ਕਹਿੰਨਾ ਆ ਇਸ ਤਰ੍ਹਾਂ ਰਹੋ ਤਾਂ ਉਸ ਤਰ੍ਹਾਂ ਰਹੇ ਸੋ ਇਹੀ ਹੈ ਜਿਹੜੀ ਇੱਕ ਬਿਨਾ ਸੋਚੇ ਸਮਝੇ ਬਿਨਾ ਤੱਥਾਂ ਨੂੰ ਜਾਣਿਆ ਕਿਸੇ ਚੀਜ਼ ਦੇ ਮਗਰ ਲੱਗ ਕੇ ਗੱਲਾਂ ਕਰਨੀਆਂ ਤੇ ਉਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਭੇਡਚਾਲ ਪ੍ਰਵਿਰਤੀ ਹੈ ਤਾਂ ਹੁਣ ਆਪਾਂ ਗੱਲ ਕਰਾਂਗੇ ਕਿ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਸੋ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਸੀਗਾ ਤਾਂ ਉਸ ਵਕਤ ਜਿਹੜੇ ਲੋਕ ਨੇ ਉਹ ਇੱਕ ਦੂਸਰੇ ਨੂੰ ਵੇਖ ਕੇ ਕੱਪੜੇ ਪਹਿਨਦੇ ਸੀ ਹੁਣ ਤੁਸੀਂ ਦੇਖੋ ਕਿ ਔਰਤਾਂ ਨੇ ਕਿਸੇ ਤੇ ਜਿੱਦਾਂ ਕਾਲਾ ਰੰਗ ਚੱਜਦਾ ਬਟਲ ਸੂਟ ਦਾ ਮੈਂ ਕਹਿੰਨਾ ਕਾਲਾ ਰੰਗ ਚੱਜਦਾ ਹੈ ਕਿਸੇ ਤੇ ਰੈੱਡ ਲਿਪਸਟਿਕ ਚੱਜਦੀ ਹੈ ਇਸੇ ਤਰ੍ਹਾਂ ਬੰਦੇ ਨੇ ਕਿਸੇ ਤੇ ਜਿਹੜਾ ਪੱਗਾਂ ਦਾ ਜੈਲੋ ਕਲਰ ਆ ਸਜਦਾ ਹੈ ਕਿਸੇ ਤੇ ਨੀਲਾ ਸਜਦਾ ਹੈ ਕਿਸੇ ਤੇ ਹੁਣ ਜੇ ਕਿਸੇ ਬੰਦੇ ਦਾ ਰੰਗ ਕਾਲਾ ਹੈ ਤੁਸੀਂ ਉਹਦੇ ਚਿੱਟੀ ਪੱਗ ਬਣਾਉਂਗੇ ਤਾਂ ਹੋ ਸਕਦਾ ਉਹ ਨਾ ਚੱche ਸੋ ਹਰ ਬੰਦੇ ਦੀ ਜਿਹੜੀ ਪਰਸਨੈਲਿਟੀ ਹੈ ਹਰ ਬੰਦੇ ਦੀ ਜਿਹੜੀ ਦਿੱਖ ਹੈ ਉਹ ਵੱਖੋ ਵੱਖਰੀ ਹੈ ਲੇਕਿਨ ਸਾਡੇ ਉੱਥੇ ਕੀ ਹੁੰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਫੈਸ਼ਨ ਕੀ ਹੈ ਦੁਨੀਆ ਕੀ ਕਰ ਰਹੀ ਹੈ ਤੋ ਜੋ ਦੁਨੀਆ ਕਰ ਰਹੀ ਹੈ ਅਸੀਂ ਉਹੀ ਕਰਨਾ ਹੁੰਦਾ ਹੈ ਅਸੀਂ ਆਪਣੀ ਬਾਡੀ ਬਾਰੇ ਆਪਣੇ ਰੰਗ ਬਾਰੇ ਆਪਣੇ ਨਿੱਜ ਬਾਰੇ ਨਹੀਂ ਸੋਚਦੇ ਸੋ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਦੇਖਿਆ ਕਿ ਸਾਡੀ ਕਮਿਊਨਿਟੀ ਬਾਹਰਲੇ ਮੁਲਕਾਂ ਦੇ ਵਿੱਚ ਆ ਗਈ ਸੋ ਜਦੋਂ ਅਸੀਂ ਦੂਸਰੀਆਂ ਕਮਿਊਨਿਟੀਆਂ ਨਾਲ ਕੰਪੇਅਰ ਕਰਦੇ ਹਾਂ ਜੇ ਹੁਣ ਤੁਸੀਂ ਗੋਰਿਆਂ ਨਾਲ ਕੰਪੇਅਰ ਕਰੋਗੇ ਜੇ ਤੁਸੀਂ ਜਿਹੜੀ ਬਲੈਕ ਕਮਿਊਨਿਟੀ ਹੈ ਉਹਦੇ ਨਾਲ ਕੰਪੇਅਰ ਕਰੋਗੇ ਤੁਸੀਂ ਉਹਨਾਂ ਨੂੰ ਕੋਈ ਚੀਜ਼ ਆਫਰ ਕਰੋਗੇ ਜਾਂ ਤੁਸੀਂ ਉਹਨਾਂ ਨੂੰ ਕੋਈ ਕੁਝ ਕਹੋਗੇ ਕਿ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਿਆ ਕਰ ਉਹ ਤੁਹਾਨੂੰ ਉਸੇ ਵਕਤ ਤੁਹਾਡੇ ਮੂੰਹ ਤੇ ਜਵਾਬ ਦੇ ਦੇਗਾ ਕਿ ਮੈਂ ਨਹੀਂ ਇਹ ਚੀਜ਼ ਕਰੂੰਗਾ ਤੁਸੀਂ ਉਸ ਨੂੰ ਕੁਝ ਖਾਣ ਨੂੰ ਕਹੋਗੇ ਤੁਸੀਂ ਕਹੋਗੇ ਆ ਲੱਡੂ ਖਾ ਲੈ ਤੁਸੀਂ ਉਹਨੂੰ ਕਹੋਗੇ ਕਿ ਆ ਖਾ ਲੈ ਮੈਂ ਤੈਨੂੰ ਕੋਈ ਘਰ ਦੀ ਦਵਾਈ ਬਣਾ ਕੇ ਦੇ ਦਿੰਨਾ ਇਹ ਨਾ ਖਾ ਲੈ ਤੇਰੀ ਸ਼ੂਗਰ ਠੀਕ ਹੋ ਜੂ ਉਹ ਕਦੇ ਐਕਸੈਪਟ ਨਹੀਂ ਕਰਨਗੇ ਕਿਉਂ ਨਹੀਂ ਕਰਨਗੇ ਕਿਉਂਕਿ ਉਹ ਜਾਣਦੇ ਨੇ ਕਿ ਹਰ ਬੰਦੇ ਦੀ ਜਿਹੜੀ ਬਾਡੀ ਦੀ ਤਸਵੀਰ ਹੈ ਵੱਖਰੀ ਹੈ ਹਰ ਬੰਦੇ ਦਾ ਜਿਹੜਾ ਅ ਅੰਦਰਲਾ ਸਿਸਟਮ ਹੈ ਉਹ ਵੱਖਰਾ ਹੈ ਤੇ ਕਿਸੇ ਨੂੰ ਚੀਜ਼ ਫਿਟਾ ਸਕਦੀ ਹੈ ਕਿਸੇ ਨੂੰ ਨਹੀਂ ਆ ਸਕਦੀ ਤੂੰ ਆਪਣੇ ਡਾਕਟਰ ਦੀ ਸਲਾਹ ਲੈਣਗੇ ਜਾਂ ਉਹ ਜਾਣਣਗੇ ਤੇ ਉਹ ਪੂਰੀ ਸਟੱਡੀ ਕਰਨਗੇ ਤਾਂ ਫੇਰ ਹੀ ਉਹ ਕਰਨਗੇ ਲੇਕਿਨ ਸਾਡੇ ਇਸ ਤਰ੍ਹਾਂ ਨਹੀਂ ਹੈ ਸਾਡੇ ਕੋਈ ਕਹਿੰਦਾ ਕਿ ਇਸ ਤਰ੍ਹਾਂ ਦੇ 8 ਦੀ ਰੋਟੀ ਖਾ ਲਿਆ ਸੀ ਉਹਦੇ ਮਗਰ ਲੱਗ ਜਾਂਦੇ ਆ ਸਾਡੇ ਕੋਈ ਕਹਿੰਦਾ ਕਿ ਉਹ ਸਵੇਰੇ ਉੱਠ ਕੇ ਇਸ ਤਰ੍ਹਾਂ ਦੀ ਸਮੂਦੀ ਪੀਆ ਕਰਾ ਸੀ ਉਹਦੇ ਮਗਰ ਲੱਗ ਜਾਂਦੇ ਆ ਅਸੀਂ ਇਹ ਨਹੀਂ ਜਾਣਦੇ ਕਿ ਉਹ ਬੰਦੇ ਨੂੰ ਸ਼ੂਗਰ ਨਹੀਂ ਹੈਗੀ ਮੈਨੂੰ ਸ਼ੂਗਰ ਵੀ ਹੈਗੀ ਹੈ ਤੇ ਅਸੀਂ ਇਹ ਨਹੀਂ ਜਾਣਦੇ ਕਿ ਉਹਦੇ ਵਿੱਚ ਫਾਸਫੋਰਸ ਦੀ ਕਮੀ ਹੈ ਮੇਰੇ ਵਿੱਚ ਨਹੀਂ ਹੈਗੀ ਪੋਟਾਸ਼ੀਅਮ ਦੀ ਕਮੀ ਹੈ ਮੇਰੇ ਵਿੱਚ ਨਹੀਂ ਹੈਗੀ ਸੋ ਅਸੀਂ ਬਿਗੈਰ ਕਿਸੇ ਤੱਥ ਨੂੰ ਜਾਣਿਆ ਤੇ ਮਗਰ ਲੱਗ ਜਾਂਦੇ ਆ ਇਹ ਮਗਰ ਲੱਗਣ ਨੂੰ ਹੀ ਭੇੜਚਾਲ ਕਹਿੰਦੇ ਨੇ ਇਹ ਪ੍ਰਵਿਰਤੀ ਸਾਡੇ ਵਿੱਚ ਆਮ ਹੀ ਦੇਖਣ ਨੂੰ ਮਿਲਦੀ ਹੈ ਸੋ ਇਸ ਤਰ੍ਹਾਂ ਜਦੋਂ ਇਲੈਕਸ਼ਨ ਆਉਂਦੀ ਆ ਵੋਟਾਂ ਆਉਂਦੀਆਂ ਨੇ ਤੇ ਅਸੀਂ ਦੂਸਰੇ ਲੋਕਾਂ ਨੂੰ ਕਨਵਿੰਸ ਕਰਾਉਨੇ ਆ ਕਿ ਇਸ ਵਾਰੀ ਆਪਾਂ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਾਉਣੀ ਆ ਇਸ ਵਾਰੀ ਵੋਟ ਆਪਾਂ ਕਾਲੀ ਦਲ ਨੂੰ ਪਾਉਣੀ ਆ ਇਸ ਵਾਰੀ ਆਪਾਂ ਕਾਂਗਰਸ ਨੂੰ ਪਾਉਣੀ ਆ ਅਸੀਂ ਉਹਨਾਂ ਨੂੰ ਕਨਵਿੰਸ ਕਰਾਉਨੇ ਆ ਤੇ ਇਹਦਾ ਮਤਲਬ ਇਹ ਹੋਇਆ ਕਿ ਦੂਸਰੇ ਬੰਦੇ ਦਾ ਕੋਈ ਦਿਮਾਗ ਨਹੀਂ ਉਹ ਬੰਦਾ ਪਾਰਟੀਆਂ ਦੇ ਸੰਵਿਧਾਨ ਨਹੀਂ ਪੜ੍ਹਦਾ ਉਹ ਬੰਦੇ ਨੂੰ ਪਾਰਟੀਆਂ ਬਾਰੇ ਪਤਾ ਨਹੀਂ ਸਿਰਫ ਜਿਹੜਾ ਬੰਦਾ ਸਿੱਖਿਆ ਦੇ ਰਿਹਾ ਜਾਂ ਉਹਨਾਂ ਨੂੰ ਕੰਪੈਲ ਕਰ ਰਿਹਾ ਉਸ ਨੂੰ ਪਤਾ ਹੈ ਤੇ ਉਹ ਚਾਹੁੰਦਾ ਹੈ ਤੁਹਾਨੂੰ ਕਿ ਜੋ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੇਰੇ ਮਗਰ ਲੱਗੋ ਮੇਰੇ ਅਨੁਸਾਰ ਚੱਲੋ ਉਹ ਇਸੇ ਨੂੰ ਹੀ ਕਹਿੰਦੇ ਨੇ ਭੇਡ ਚਾਲ ਆਪਣੇ ਆਪ ਨਾ ਸੋਚਣਾ ਕੋਈ ਹੋਰ ਬੰਦਾ ਤੁਹਾਡੇ ਬ੍ਰੇਨ ਨੂੰ ਕੰਟਰੋਲ ਕਰ ਰਿਹਾ ਕੋਈ ਹੋਰ ਬੰਦਾ ਤੁਹਾਡੇ ਦਿਮਾਗ ਨੂੰ ਚਲਾ ਰਿਹਾ ਤੇ ਇਹ ਜਿਹੜੀ ਪ੍ਰਵਿਰਤੀ ਹੈ ਉਹ ਉਸ ਨੂੰ ਭੇਡ ਚਾਲ ਕਹਿੰਦੇ ਨੇ ਕਿਉਂਕਿ ਭੇਡਾਂ ਤੁਸੀਂ ਚੱਲਦੀਆਂ ਦੇਖੀਆਂ ਨੇ ਤੇ ਇੱਕ ਭੇਡ ਹੈ ਜਿਹੜੀ ਅੱਗੇ-ਅੱਗੇ ਜਾਂਦੀ ਹੈ ਤੇ ਬਾਕੀ ਉਹਦਾ ਪਿੱਛਾ ਕਰਦੀਆਂ ਨੇ ਜੇ ਉਹ ਜਾ ਕੇ ਖੂਚ ਡਿਗੇ ਹੋ ਸਕਦਾ ਉਹ ਮਗਰੀ ਡਿਗ ਜਾਣ ਸੇ ਇਸ ਨੂੰ ਕਹਿੰਦੇ ਨੇ ਹਾਲਾਂਕਿ ਭੇੜ ਹੈ ਜਿਹੜਾ ਬਹੁਤ ਡਿਸਿਪਲਿੰਡ ਐਨੀਮਲ ਹੈ ਤੇ ਸਾਡੇ ਚ ਲੀਡਰਸ਼ਿਪ ਨਹੀਂ ਉਹ ਆਪਣੀ ਲੀਡਰਸ਼ਿਪ ਨੂੰ ਫੋਲੋ ਕਰਦਾ ਹੈ ਲੇਕਿਨ ਸਾਡੇ ਚ ਭਾਵੇਂ ਇਹ ਗੱਲਾਂ ਨਹੀਂ ਹੈਗੀਆਂ ਅਸੀਂ ਉਹਦਾ ਜਿਹੜਾ ਮਾੜਾ ਪੱਖਾ ਉਹ ਤਾਂ ਦੇਖ ਲਿਆ ਅਸੀਂ ਕਈ ਕੀ ਕਦੇ ਅਸੀਂ ਸਮਾਨ ਵਿੱਚ ਉੜਦੇ ਪੰਛੀਆਂ ਨੂੰ ਦੇਖਿਆ ਹੈ ਜਦੋਂ ਉਹ ਵੀ ਬਣਾ ਕੇ ਚੱਲਦੇ ਨੇ ਇੱਕ ਬੰਦਾ ਉਹਨਾਂ ਨੂੰ ਜਿਹੜਾ ਇੱਕ ਪੰਛੀ ਉਹਨਾਂ ਨੂੰ ਗਾਈਡ ਕਰ ਰਿਹਾ ਹੁੰਦਾ ਹੈ ਕਿ ਮੇਰੇ ਪਿੱਛੇ ਪਿੱਛੇ ਆਓ ਤਾਂ ਕਿਸ ਤਰ੍ਹਾਂ ਜਿਹੜੇ ਹਨ ਉਹ ਕਤਾਰ ਰੀ ਟੁੱਟਣ ਦੇ ਕਿਸ ਤਰ੍ਹਾਂ ਇਹਦੇ ਪਿੱਛੇ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਅਸੀਂ ਜਿਹੜਾ ਹੈਗਾ ਉਹਨਾਂ ਦੇ ਨੌ ਤਾਂ ਰੱਖ ਲਏ ਭੇਡ ਚਾਲ ਰੱਖ ਲਿਆ ਜਾਂ ਪਿੱਛੇ ਲੱਗਣ ਦੀ ਪ੍ਰਵਿਰਤੀ ਰੱਖ ਲਿਆ ਲੇਕਿਨ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਉਹ ਕਿਉਂ ਇਸ ਤਰ੍ਹਾਂ ਕਰਦੇ ਨੇ ਅਸੀਂ ਉਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਸੇ ਤਰ੍ਹਾਂ ਜਿਹੜਾ ਬੰਦਾ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਕੇ ਸੋ ਉਹਨਾਂ ਚੀਜ਼ਾਂ ਨੂੰ ਹੀ ਲੈ ਕੇ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਤਾਂ ਮੈਂ ਧਾਰਨਦਾ ਹਾਂਗਾ ਫਿਰ ਜਦੋਂ ਮੈਂ ਨਮਾ ਨਮਾ ਕੈਨੇਡਾ ਆਇਆ ਤਾਂ ਮੈਂ ਸੋਚਿਆ ਸੀਗਾ ਵੀ ਸ਼ਾਇਦ ਇੱਥੇ ਸਾਡਾ ਜਿਹੜਾ ਸਮਾਜ ਹੈ ਉਹ ਆ ਕੇ ਉਹਨੇ ਆਪਣੀ ਸੋਚ ਆ ਜਿਹੜੀ ਉਹ ਬਦਲ ਲਈ ਹੋਵੇ ਲੇਕਿਨ ਨਹੀਂ ਉਸੇ ਤਰ੍ਹਾਂ ਹੈ ਉਹ ਮੈਂ ਆਪਣੇ ਆਪ ਨੂੰ ਸਮਾਜ ਚੋਂ ਅੱਡ ਕਰਕੇ ਨਹੀਂ ਦੇਖਦਾ ਮੈਂ ਵੀ ਉਸੇ ਸਮਾਜ ਦਾ ਹਿੱਸਾ ਹੋ ਸਕਦਾ ਮੈਂ ਵੀ ਉਸੇ ਤਰ੍ਹਾਂ ਕਰਦਾ ਹੋਵਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਾਡੇ ਸਮਾਜ ਨੂੰ ਦੋਸ਼ੀ ਦੇ ਰਿਹਾ ਤੇ ਮੇਰੇ 'ਚੋਂ ਨੁਕਸ ਨਹੀਂ ਹੋਣਗੇ ਮੇਰੇ 'ਚ ਵੀ ਹੋ ਸਕਦੇ ਨੇ ਸੋ ਗੱਲ ਇਹ ਹੈ ਕਿ ਜਦੋਂ ਮੈਂ ਇੱਥੇ ਨਵਾਂ ਨਵਾਂ ਆਇਆ ਸੋ ਇੱਥੇ ਕ੍ਰਾਈਸਲਰ ਦੀ ਕੋਕੀਕਾਰ ਹੁੰਦੀ ਸੀ ਤੁਸੀਂ ਤੁਸੀਂ ਜਿਹੜੇ ਪੰਜਾਬੀ ਦੇ ਘਰ ਜਾਓ ਉਹ ਕੋਕੀਕਾਰ ਹੈ ਉਹਦੀਆਂ ਤਰੀਫਾਂ ਕਰ ਰਿਹਾ ਹੈ ਤੇ ਫੇਰ ਜਿਹੜੀ ਹੈਗੀ ਆ ਉਹ ਸ਼ੈਵਲੈਟ ਦੀ ਕਾਰ ਆ ਗਈ ਅਸੀਂ ਉਹਦੇ ਮਗਰ ਪੈ ਗਏ ਫੇਰ ਜਿਹੜੀ ਹੈਗੀ ਆਰੀ ਪੁਆਇੰਟਿਕ ਦੀ 6000 ਕਾਰ ਹੁੰਦੀ ਸੀਗੀ ਤਾਂ ਉਹ ਸਾਡੇ ਪੰਜਾਬੀਆਂ ਨੇ ਮਤਲਬ ਰੀਸੋ ਰੀਸ ਲੈਣੀ ਸ਼ੁਰੂ ਕਰਤੀ ਇੱਕ ਵਾਰ ਇਹੋ ਜਿਹਾ ਵੀ ਆਇਆ ਕਿ ਤੁਹਾਨੂੰ ਬ੍ਰੈਂਟਨ ਦੇ ਵਿੱਚ ਉਹੀ ਕਾਰਾਂ ਦਿਖਦੀਆਂ ਸੀ ਤੇ ਇੱਕ ਵਾਰੀ ਮੈਨੂੰ ਮੇਰਾ ਕੰਮ ਤੇ ਬੰਦਾ ਕੰਮ ਕਰਦਾ ਸੀ ਗੋਰਾ ਤਾਂ ਉਹ ਗੋਰਿਆਂ ਨੇ ਉਸ ਕਾਰ ਦਾ ਨਾਮ 5000 ਰੱਖਿਆ ਹੋਇਆ ਸੀ 6000 ਦੀ ਬਜਾਏ ਉਹਨੂੰ 5000 ਕਹਿੰਦੇ ਸੀ ਕਿਉਂਕਿ ਸਾਰੇ ਹੀ ਪੰਜਾਬੀਆਂ ਕੋਲ ਸਾਰੇ ਹੀ ਸਰਦਾਰਾਂ ਕੋਲ ਉਹੀ ਕਾਰ ਹੁੰਦੀ ਸੀ ਰਿਸੋ ਰੀਸ ਗੱਡੀਆਂ ਨੇ ਜਿਹੜੀਆਂ ਉਹ ਆਪਣੇ ਸਾਰੇ ਡਰਾਈਵਿਆਂ 'ਚ ਖੜੀਆਂ ਕਰ ਲੀਆਂ ਬਗੈਰ ਕਿਸੇ ਨੂੰ ਜਾਣੇ ਕਿ ਮੇਰੀ ਫੈਮਿਲੀ ਕਿੰਨੀ ਵੱਡੀ ਹੈ ਮੇਰੇ ਕਿੰਨੇ ਬੱਚੇ ਨੇ ਮੈਨੂੰ ਕਿੰਨੇ ਸਾਈਜ਼ ਦੀ ਕਾਰ ਚਾਹੀਦੀ ਹੈ ਤੇ ਮੈਨੂੰ ਕਿਸ ਤਰ੍ਹਾਂ ਦੀ ਕਾਰ ਚਾਹੀਦੀ ਹੈ ਘੱਟ ਤੇਲ ਖਰਚ ਨਾਲੀ ਚਾਹੀਦੀ ਹੈ ਹੁਣ ਜਿਹੜੀਆਂ ਕਈ ਕਾਰਾਂ ਸੀਗੀਆਂ ਉਹ 6 ਸਿਲੰਡਰ ਸੀਗੀਆਂ ਥੋੜੀ ਘੱਟ ਆਮਦਨ ਉਹ ਜ਼ਿਆਦਾ ਤੇਲ ਖਾਂਦੀਆਂ ਸੀਗੀਆਂ ਤੇ ਉਹ ਜਿਹੜਾ ਹੈਗਾ ਸੀ ਉਹ ਚੀਜ਼ਾਂ ਨਹੀਂ ਸੋਚਦੇ ਤੋ ਇਸੇ ਪ੍ਰਕਾਰ ਜਿਹੜਾ ਹੈਗਾ ਉਹ ਗੱਡੀਆਂ ਦੇ ਪਿੱਛੇ ਅਸੀਂ ਹਟੇ ਫਿਰ ਹੋਂਡਾ ਦੇ ਪਿੱਛੇ ਲੱਗ ਗਏ ਕਦੇ ਅਸੀਂ ਟੋਇਟਾ ਦੇ ਪਿੱਛੇ ਲੱਗ ਗਏ ਤੇ ਕਦੇ ਅਸੀਂ ਕਿਸੇ ਦੇ ਪਿੱਛੇ ਲੱਗ ਗਏ ਅਸੀਂ ਆਪਣੀਆਂ ਲੋੜਾਂ ਅਨਸਾਰ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਖਰੀਦਦੇ ਤੋ ਇਹ ਮੇਰਾ ਕਹਾਣੇ ਦਾ ਮਕਸਦ ਸੀਗਾ ਤੋ ਫਿਰ ਇੱਕ ਇਹ ਦੌਰ ਆਇਆ ਕਿ ਸਾਡੇ ਬੰਦਿਆਂ ਨੇ ਟੈਕਸੀ ਡਰਾਈਵ ਇਸੇ ਪ੍ਰਕਾਰ ਭੇਡ ਚਾਲ ਦਾ ਇੱਕ ਹੋਰ ਨਮੂਨਾ ਕਿ ਜਦੋਂ ਬ੍ਰੈਂਥਨ ਦੇ ਵਿੱਚ ਨਵਾਂ ਏਰੀਆ ਬਣਿਆ ਸਪ੍ਰਿੰਗ ਡੇਲ ਸਾਡੇ ਪੰਜਾਬੀਆਂ ਨੇ ਇੱਕ ਦੂਜੇ ਦੀ ਦੇਖਾ ਦੇਖੀ ਜਿਹੜੇ ਘਰਨੇੋਂ ਸਪ੍ਰਿੰਗ ਡੇਲ ਚ ਲੈਣੇ ਸ਼ੁਰੂ ਕਰ ਦਿੱਤੇ ਤੋਂ ਸਪ੍ਰਿੰਗ ਡੇਲ ਸੀ ਜਿਹੜਾ ਉਹਨੂੰ ਗੋਰੇ ਸਿੰਘ ਡੇਲ ਕਹਿਣ ਲੱਗੇ ਸੋ ਇਸੇ ਪ੍ਰਕਾਰ ਜੇ ਤੁਸੀਂ ਹੁਣ ਦੇਖਦੇ ਹੋ ਕਿ ਪਾਮੀਓ ਕੈਸਲ ਮੋਰ ਦਾ ਏਰੀਆ ਹੈ ਮਾਲਟਰਨ ਦਾ ਏਰੀਆ ਹੈ ਪਹਿਲਾਂ ਸਾਡੀ ਕਮਿਊਨਿਟੀ ਮਾਲਟਰਨ ਚ ਰਹਿੰਦੀ ਹੁੰਦੀ ਸੀਗੀ ਤੇ ਫੇਰ ਉਹ ਇੱਕ ਦੂਜੇ ਨੂੰ ਦੇਖਾ ਦੇਖੀ ਜਿਹੜਾ ਹੈਗਾ ਉਹ ਬ੍ਰੈਂਟਨਸ ਨੂੰ ਮੂਵ ਹੋਣ ਲੱਗੀ ਮਾਲਟਰਨ ਨੂੰ ਨਿੰਦਣ ਲੱਗੀ ਫਰਮਾਰਟਨ ਤੋਂ ਬਾਅਦ ਜਦੋਂ ਬ੍ਰੈਮਟਨ ਚ ਆ ਗਏ ਤਾਂ ਬੇ ਬ੍ਰੈਮਟਨ ਦੇ ਕੁਝ ਏਰੀਏ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਪ੍ਰਿੰਗ ਡੇਲ ਏਰੀਆ ਕੈਸਲਮੋਰ ਤੇ ਉਹਨੇ ਜਾਣ ਲੱਗੇ ਤੇ ਹੁਣ ਸਾਡੇ ਜਿਹੜਾ ਹੈਗਾ ਰਵਾਜ ਪਿਆ ਹੈ ਕਿ ਘਰ ਲੈਣਾ ਤਾਂ ਕੈਲੇਡਨ ਚ ਲੈਣਾ ਜਾਂ ਮਿਲਟਨਸ ਚ ਲੈਣਾ ਤੇ ਹੁਣ ਜੇ ਫਾਰਮ ਹਾਊਸ ਲੈਣੇ ਨੇ ਹੁਣ ਮਤਲਬ ਅਸੀਂ ਜਿਹੜੀ ਚੀਜ਼ ਦੇ ਪਿੱਛੇ ਪੈ ਜਾਂਦੇ ਆ ਤਾਂ ਫਿਰ ਜਿੰਨਾ ਚਿਰ ਉਹ ਚੀਜ਼ ਫੇਲ ਨਹੀਂ ਹੋ ਜਾਂਦੀ ਤੇ ਉਹਦੀ ਬਸ ਕਰਾ ਕੇ ਖੜਦੇ ਹਾਂ ਹੁਣ ਤੁਸੀਂ ਦੇਖਦੇ ਹੋ ਕਿਉਂਕਿ ਜਿਹੜਾ ਬ੍ਰੈਮਟਨ ਹੈ ਜਿੱਥੇ ਹੁਣ ਮੈਂ ਤੁਹਾਨੂੰ ਪ੍ਰੋਗਰਾਮ ਕਰ ਰਹੇ ਹਾਂ ਦੀ ਗਰੀ ਹਾਂ ਦੇਦੇ ਵਿੱਚ ਇੰਨੇ ਪੰਜਾਬੀ ਨੇ ਇੰਨੇ ਪੰਜਾਬੀ ਨੇ ਅਸੀਂ ਆ ਕੇ বাস ਕੇ ਮਤਲਬ ਜਿਦਾ ਬੈਲੈਂਸਡ ਕਮਿਊਨਿਟੀ ਨਹੀਂ ਹੈਗੀ ਤਾਂ ਜਿੱਧਰ ਦੇਖੋ ਪੰਜਾਬੀਆਂ ਦੇ ਘਰ ਜਿੱਧਰ ਦੇਖੋ ਪੰਜਾਬੀਆਂ ਦੇ ਘਰ ਸੋ ਉਹ ਨੂੰ ਹੁਣ ਗੋਰੇ ਬ੍ਰੈਂਟਨ ਦੀ بجائے ਬਰਾਊਨ ਟਾਊਨ ਕਹਿਣ ਲੱਗ ਪਏ ਸੋ ਇਹ ਹੈਗਾ ਸੋ ਅਸੀਂ ਜਿਵੇਂ ਕਹਿੰਦੇ ਨੇ ਰੀਸ ਦੀ ਖੜੀਸ ਜਿਵੇਂ ਇੱਕ ਦੂਜੇ ਨੂੰ ਦੇਖ ਦੇਖ ਕੇ ਕੰਮ ਕਰਦੇ ਆ ਤੇ ਆਪਣੀ ਸਹੂਲਤ ਨਾਲ ਫੈਸਲਾ ਨਹੀਂ ਲੈਂਦੇ ਤੇ ਇਹ ਨਹੀਂ ਦੇਖਦੇ ਕਿ ਇੱਥੋਂ ਮੇਰਾ ਕੰਮ ਕਿੰਨੀ ਕੁ ਦੂਰ ਪੈਣਾ ਹੈ ਤੇ ਹਾਈਵੇ ਇੱਥੋਂ ਕਿੰਨਾ ਨੇੜੇ ਹੈ ਤਾਂ ਚਾ ਮੈਨੂੰ ਐਡਾ ਵੱਡਾ ਘਰ ਚਾਹੀਦਾ ਹੈ ਕਿ ਨਹੀਂ ਚਾਹੀਦਾ ਘਰ 'ਚ ਦੋ ਬੰਦੇ ਹੁੰਦੇ ਨੇ ਪੰਜ ਬੈੱਡਰੂਮ ਲੈ ਲੈਂਦੇ ਨੇ ਫਿਰ ਸਾਰਾ ਦਿਨ ਸਾਰਾ ਦਿਨ ਨਹੀਂ ਸਾਰੀ ਉਮਰ ਕੁੱਤੇ ਦੀ ਮੌਤ ਮਰਦੇ ਨੇ ਤੇ ਉਹਦੀਆਂ ਮਾਰਗੇਜਾਂ ਨਹੀਂ ਲੈਂਦੀਆਂ ਮਾਰਗੇਜ ਇੰਨੀ ਜ਼ਿਆਦਾ ਹੁੰਦੀ ਹੈ ਕਿ ਫਿਰ ਦੋ-ਦੋ ਜੋਬਾਂ ਤਿੰਨ-ਤਿੰਨ ਜੋਬਾਂ ਸੇ ਬੁਰਾ ਹਾਲ ਹੋਇਆ ਰਹਿੰਦਾ ਤੇ ਨਿਆਣਿਆਂ ਨੇ ਤੁਹਾਡੇ ਨਾਲ ਇੱਥੇ ਰਹਿਣਾ ਹੈ ਨੀਗਾ ਸੋ ਨਿਆਣਿਆਂ ਨੇ ਜੇ ਉਹਨਾਂ ਨੇ ਉਹਨਾਂ ਕੋਲ ਚੰਗੀਆਂ ਜੌਬਾਂ ਉਹਨਾਂ ਨੇ ਆਪਣੇ ਘਰ ਵੀ ਲੈ ਲੈਣੇ ਨੇ ਤੇ ਫੇਰ ਤੁਸੀਂ ਅੱਡੀਆਂ ਚੁੱਕ ਚੁੱਕੋਗੇ ਇੱਕ ਦੂਜੇ ਨੂੰ ਦੇਖਾ ਦਿਖਾਈ ਚ ਕਿਉਂ ਫਾਹ ਲੈਂਦੇ ਹੋ ਸੋ ਇੱਕ ਨੇ ਵਿਆਹ ਦਾ ਹਾਲ ਹੈ ਜੇ ਇੱਕ ਬੰਦੇ ਨੇ ਤਿੰਨ ਪਾਰਟੀਆਂ ਕੀਤੀਆਂ ਤਾਂ ਦੂਜਾ ਬੰਦਾ ਕਹਿੰਦਾ ਮੈਂ ਪਿੱਛੇ ਨਾ ਰਹਿ ਜਾਵਾਂ ਤਾਂ ਮੈਂ ਚਾਰ ਪਾਰਟੀਆਂ ਕਿਉਂ ਨਾ ਕਰਾਂ ਹੁਣ ਤੁਸੀਂ ਵਿਆਹਾਂ ਦੀ ਇੱਥੇ ਸੱਤ ਸੱਤ ਪਾਰਟੀਆਂ ਹੁੰਦੀਆਂ ਨੇ ਤੇ ਜਿਹੜਾ ਹਾਲ ਹੈ ਉਹ ਤੁਹਾਨੂੰ 8-9000 10000 ਤੋਂ ਥੱਲੇ ਨਹੀਂ ਮਿਲਦਾ ਵੀਡੀਓਗ੍ਰਾਫਰ ਤੁਹਾਨੂੰ ਕਿੰਨੇ ਮਹਿੰਗੇ ਮਿਲਦੇ ਨੇ ਸੋ ਓਏ ਹੈਗਾ ਇਸੇ ਤਰ੍ਹਾਂ ਜਿਹੜੇ ਕੱਪੜੇ ਨੇ ਕੱਪੜਿਆਂ ਦੇ ਵਿੱਚ ਚਾਹੇ ਉਹ ਕੁੜੀਆਂ ਦੇ ਪਾਉਣ ਵਾਲੇ ਲਹਿੰਗੇ ਨੇ ਚਾਹੇ ਉਹ ਵਿਆਹ ਸ਼ਾਦੀਆਂ ਦੇ ਹੋਰ ਕੱਪੜੇ ਨੇ ਉਹ ਵੀ ਅਸੀਂ ਦੇਖਦੇ ਹਾਂ ਕਿ ਫਲਾਣੇ ਨੇ ਕੀ ਕੀਤਾ ਹਾਂ ਆਪਾਂ ਉਦੋਂ ਵਧੀਆ ਕਰਨਾ ਆਪਾਂ ਵੀ ਉਦਾਂ ਹੀ ਕਰਨਾ ਸੋ ਇਹ ਹੈਗਾ ਸੋ ਅਸੀਂ ਦੂਸਰਿਆਂ ਨੂੰ ਦੇਖ ਕੇ ਜ਼ਿੰਦਗੀ ਜੀਉਣੀ ਆ ਸੋ ਸਾਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕਰਨੀ ਸ਼ੁਰੂ ਕੀਤੀ ਤਾਂ ਸਾਰੇ ਟੈਕਸੀ ਡਰਾਈਵਰ ਹੀ ਬਣਨ ਲੱਗ ਗਏ ਹਾਂਜੀ ਤੇ ਜਿੱਧਰ ਦੇਖੋ ਬੰਦਾ ਕੀ ਕਰਦਾ ਜੀ ਟੈਕਸੀ ਚਲਾਉਂਦਾ 에ਰਪੋਰਟ ਤੇ ਚਲਾਉਂਦਾ ਜੀ ਸਿਟੀ ਜੀ ਚਲਾਉਂਦਾ ਤੇ ਸਾਡੇ ਜਿੰਨੇ ਬੰਦੇ ਨੇ ਤੇ ਤੁਹਾਨੂੰ ਦੂਸਰੀ ਕਮਿਊਨਿਟੀ ਦੇ ਕੋਈ ਟਾਮਾ ਟੱਲਾ ਬੰਦਾ ਦੇਖੂਗਾ ਲੇਕਿਨ ਪੰਜਾਬੀ ਸਾਰੇ ਇੱਥੇ ਟੈਕਸੀ ਡਰਾਈਵਰ ਇੱਥੇ ਤੇ ਹਰ ਪਾਸੇ ਤਾਂ ਉਹ ਮਤਲਬ ਸਾਡੀ ਪਛਾਣ ਹੀ ਇਸ ਤਰ੍ਹਾਂ ਬਣ ਗਈ ਕਿ ਡਰਾਈਵਰ ਕਿਸਮ ਦੇ ਲੋਕ ਨੇ ਤੇ ਜਾਂ ਅਸੀਂ ਡਰਾਈਵਿੰਗ ਸਕੂਲ ਖੋਲਣੇ ਕੀ ਸ਼ੁਰੂ ਕੀਤੇ ਤੋਂ ਫਿਰ ਜਿੱਧਰ ਦੇਖੋ ਡਰਾਈਵਿੰਗ ਸਕੂਲ ਜਿੱਧਰ ਦੇਖੋ ਡਰਾਈਵਿੰਗ ਸਕੂਲ ਪੰਜਾਬੀਆਂ ਦੇ ਡਰਾਈਵਿੰਗ ਸਕੂਲ ਡਰਾਈਵਿੰਗ ਸਕੂਲ ਤੇ ਫਿਰ ਅਸੀਂ ਇੱਥੇ ਨਹੀਂ ਰੁਕੇ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਟਰੱਕਿੰਗ ਦਾ ਫੀਲਡ ਹੈ ਇਹਦੇ ਵਿੱਚ ਪੈਸਾ ਬਹੁਤ ਹੈ ਤੇ ਅਸੀਂ ਕੀ ਕੀਤਾ ਟਰੱਕ ਡਰਾਈਵਰ ਬਣਨੇ ਸ਼ੁਰੂ ਕਰ ਲੈ ਕੋਈ ਉਥੋਂ ਇੰਜੀਨੀਅਰ ਕਰਕੇ ਆਵੇ ਕੋਈ ਡਾਕਟਰ ਆ ਜਾਵੇ ਅਸੀਂ ਉਹਨੂੰ ਇਹ ਸਲਾਹਾਂ ਦੇਣ ਲੱਗੇ ਕਿ ਭਾਈ ਤੂੰ ਟਰੱਕ ਦਾ ਲਾਇਸੈਂਸ ਲੈ ਰਿਹਾ ਟਰੱਕ ਤੇ ਚੜ ਜਾ ਟਰੱਕ 'ਚ ਬੜੇ ਪੈਸੇ ਨੇ ਹਾਂਜੀ ਤੇ ਹੁਣ ਕੋਈ ਬੰਦਾ ਜਿਹੜਾ ਹੈਗਾ ਉਹ ਲੰਬੀ ਸਿਟਿੰਗ ਕਰ ਸਕਦਾ ਹੈ ਕੋਈ ਨਹੀਂ ਕੋਈ ਜਿਹੜਾ ਹੈਗਾ ਉਹ ਪ੍ਰੈਸ਼ਰ ਲੈ ਸਕਦਾ ਹੈ ਕੋਈ ਨਹੀਂ ਕੋਈ ਬੰਦਾ ਫੈਮਿਲੀ 'ਚੋਂ ਬਾਹਰ ਰਹਿ ਸਕਦਾ ਹੈ ਕਿ ਕੋਈ ਨਹੀਂ ਰਹਿ ਸਕਦਾ ਤਾਂ ਹਰ ਬੰਦੇ ਦਾ ਜਿਹੜਾ ਆਪਣਾ ਆਪਣਾ ਸਰੀਰ ਹੈ ਕਿਸੇ ਦਾ ਸਰੀਰ ਜਿਆਦਾ ਬੈਠਣ ਦਾ ਆਦੀ ਹੈ ਕਿਸੇ ਦਾ ਨਹੀਂ ਹੈ ਹਰ ਬੰਦੇ ਦਾ ਆਪ ਨੂੰ ਆਪਣਾ ਸੁਭਾਅ ਹੈ ਹਰ ਬੰਦੇ ਦੀ ਆਪ ਨੂੰ ਆਪਣੀ ਸੋਚ ਹੈ ਤੇ ਅਸੀਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬਨ ਸਕਦੇ ਲੇਕਿਨ ਅਸੀਂ ਕੀਤਾ ਅੱਜ ਤੱਕ ਕਰ ਰਹੇ ਹਾਂ ਕਿ ਹਰ ਬੰਦੇ ਨੂੰ ਮਜਬੂਰ ਕਰ ਰਹੇ ਹਾਂ ਕਿ ਭਾਈ ਤੂੰ ਟਰੱਕ ਦਾ ਲਾਇਸੈਂਸ ਲੈ ਲੈ ਅਸੀਂ ਇਹ ਨਹੀਂ ਦੇਖਣਾ ਕਿ ਉਹ ਬੰਦਾ ਕਿ ਕਿਹੜੇ ਖੇਤਰ ਚ ਸਕਿਲਡ ਹੈ ਤੇ ਉਹ ਮਸ਼ੀਨਿਸਟ ਹੈ ਜਾਂ ਹੋ ਮਤਲਬ ਕਿਸੇ ਹੋਰ ਖੇਤਰ ਦੇ ਵਿੱਚ ਮਾਹਰ ਹੈ ਅਸੀਂ ਉਹਨੂੰ ਤੱਕ ਦਿੰਦੇ ਆ ਟਰੱਕ ਵੱਲ ਨੂੰ ਸੋ ਇਹ ਚੀਜ਼ਾਂ ਵੀ ਦੇਖਣ ਨੂੰ ਮਿਲੀਆਂ ਸੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਖੇਤਰ ਨੇ ਹੁਣ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਕਦੇ ਇਹ ਮਹਿਸੂਸ ਕੀਤਾ ਕਿ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਆ ਇਹਦੇ ਵਿੱਚ ਜਿਹੜੀ ਪਿੱਛੇ ਲੱਗਣ ਦੀ ਜਾਂ ਭੇੜਚਾਲ ਪ੍ਰਵਿਰਤੀ ਬਹੁਤ ਜ਼ਿਆਦਾ ਹੈ ਜੇ ਹੋਇਆ ਤਾਂ ਜ਼ਰੂਰ ਦੱਸਿਓ ਤਾਂ ਅਸੀਂ ਇੱਥੇ ਜਿੰਨੇ ਸਮਾਗਮ ਹੁੰਦੇ ਨੇ ਨਗਰ ਕੀਰਤਨਾ ਤੇ ਜਾਣੇ ਹਾਂ ਜਲਸੇ ਮੁਜਾਹਰੇਾਂ ਤੇ ਜਾਣੇ ਹਾਂ ਸ਼ੋਵਾਂ ਤੇ ਜਾਣੇ ਹਾਂ ਫੰਕਸ਼ਨਾਂ ਤੇ ਜਾਣੇ ਹਾਂ ਉਹ ਅਸੀਂ ਆਪ ਨਹੀਂ ਡਿਸਾਈਡ ਕਰਦੇ ਅਸੀਂ ਕੰਮਾਂ ਤੋਂ ਸੁਣਦੇ ਹਾਂ ਕਿ ਉੱਥੇ ਆ ਗੱਲ ਹੋ ਰਹੀ ਹੈ ਤੇ ਅਸੀਂ ਉੱਥੇ ਨੂੰ ਤੁਰ ਪੈਂਦੇ ਹਾਂ ਭਾਵੇਂ ਸਾਡਾ ਉਸ ਗੱਲ 'ਚ ਵਿਸ਼ਵਾਸ ਹੋਵੇ ਚਾਹੇ ਨਾ ਹੋਵੇ ਮੇਲਿਆਂ ਤੇ ਤਿਉਹਾਰਾਂ ਤੇ ਸ਼ੋਵਾਂ ਤੇ ਸੋ ਇਸੇ ਤਰ੍ਹਾਂ ਅਸੀਂ ਕੋਈ ਫਿਲਮ ਦੇਖਦੇ ਹਾਂ ਹਰ ਬੰਦੇ ਦੀ ਆਪਣੀ ਆਪਣੀ ਥਿੰਕਿੰਗ ਹੈ ਕਿਸੇ ਨੂੰ ਵਾਇਲੈਂਸ ਚੰਗੀ ਲੱਗਦੀ ਹੈ ਕਿਸੇ ਨੂੰ ਫੈਮਿਲੀ ਸਟੋਰੀ ਚੰਗੀ ਲੱਗਦੀ ਹੈ ਅਸੀਂ ਮਜਬੂਰ ਕਰਦੇ ਹਾਂ ਲੋਕਾਂ ਨੂੰ ਕਿ ਤੂੰ ਆਹ ਫਿਲਮ ਦੇਖ ਇਹ ਫਿਲਮ ਬਹੁਤ ਸੋਹਣੀ ਹੈ ਹੋ ਸਕਦਾ ਉਹ ਤੁਹਾਨੂੰ ਸੋਹਣੀ ਲੱਗੇ ਹੋ ਸਕਦਾ ਦੂਸਰੇ ਵਿਅਕਤੀ ਨੂੰ ਬਿਲਕੁਲ ਚੰਗੀ ਨਾ ਲੱਗੇ ਕਿਉਂਕਿ ਉਹਦਾ ਟੇਸਟ ਅੱਡਾ ਹੈ ਉਹਦਾ ਸੁਭਾਅ ਅੱਡਾ ਹੈ ਉਹਦੀ ਪਰਪ੍ਰਿਸ਼ ਅੱਡਾ ਹੈ ਉਹ ਵੱਖਰੇ ਤਰ੍ਹਾਂ ਦੇ ਜਿਹ ਮਾਹੌਲ ਚੋਂ ਹੈ ਜਿਹੜਾ ਉਹ ਪਲਿਆ ਹੋਇਆ ਹੈ ਤੋ ਇਸ ਤਰ੍ਹਾਂ ਤੁਸੀਂ ਸਾਡੇ ਗੀਤਾਂ 'ਚ ਦੇਖੋ ਜੇ ਕੀਤਾ 'ਚ ਕੋਈ ਆ ਗਿਆ ਕਿਸੇ ਹਮਲ ਟਰੱਕ ਦੀ ਗੱਲ ਆ ਗਈ ਜਾਂ ਕਿਸੇ ਖਾਸ ਕਾਰ ਦੀ ਗੱਲ ਆ ਗਈ ਐ ਚੈਲੈਂਜਰਸ ਕਾਰਾਂ ਨੇ ਜਾਂ ਹੋਰ ਇੱਥੇ ਗੱਡੀਆਂ ਨੇ ਉਸ ਕੋਈ ਮੜ ਜੀ ਕਿਸੇ ਨੇ ਜ਼ਿਕਰ ਕਰਤਾ ਅਸੀਂ 2-4 ਬੰਦਿਆਂ ਕੋਲ ਦੇਖ ਲਈ ਤਾਂ ਫਿਰ ਅਸੀਂ ਉਹਦੇ ਪਿੱਛੇ ਲੱਗ ਜਾਂਦੇ ਹਾਂ ਕੱਪੜਿਆਂ ਦੇ ਵਿੱਚ ਕਿ ਅਸੀਂ ਫਲਾਣਾ ਬੰਦੇ ਨੇ ਫਲਾਣਾ ਬ੍ਰਾਂਡ ਪਾਇਆ ਹੋਇਆ ਤੇ ਮੈਂ ਕਿਹਾ ਉਹਨੋਂ ਘੱਟ ਹੈ ਤੇ ਮੈਂ ਵੀ ਉਹੀ ਬ੍ਰਾਂਡ ਲੈਣਾ ਹੈ ਤੋ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਜਿਹਦੇ ਵਿੱਚ ਭੇਡ ਚਾਲ ਸਾਡੀ ਜਿਹੜੀ ਹੈਗੀ ਆ ਉਹ ਤੇ ਉਹ ਪੂਰੀ ਜਿਹੜੀ ਝਲਕਦੀ ਹੈ ਕਿ ਇਹ ਬੰਦੇ ਆਪਣੇ ਦਿਮਾਗ ਨਾਲ ਨਹੀਂ ਸੋਚਦੇ ਦੂਸਰਿਆਂ ਨੂੰ ਵੇਖ ਕੇ ਕੰਮ ਕਰਦੇ ਨੇ ਹਰ ਇਹ ਗੱਲ 'ਚ ਕਿੰਨੀ ਕਿ ਸੱਚਾਈ ਹੈ ਤੁਸੀਂ ਮੈਨੂੰ ਦੱਸਣਾ ਹੈ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਉਹੀ ਮਨੁੱਖ ਕਾਮਜਾਬ ਹੋਏ ਨੇ ਸੋ ਜਿਨ੍ਹਾਂ ਨੇ ਲੀ ਨੂੰ ਤੋੜਿਆ ਹੈ ਜਿਨ੍ਹਾਂ ਨੇ ਇੱਕ ਆਪਣਾ ਨਵਾਂ ਰਸਤਾ ਬਣਾਇਆ ਹੈ ਤੇ ਜਿਹੜੇ ਪੈੜਾਂ 'ਚ ਪੈੜਾਂ ਧਰਦੇ ਰਹੇ ਨੇ ਜਿਹੜੇ ਜਿੱਧਰ ਨੂੰ ਦੁਨੀਆ ਜਾਂਦੀ ਆ ਉਧਰ ਨੂੰ ਜਾਂਦੇ ਰਹੇ ਨੇ ਜਿਨ੍ਹਾਂ ਨੇ ਆਪਣੇ ਰਸਤੇ ਨਹੀਂ ਸਰਜੇ ਉਹ ਜ਼ਿੰਦਗੀ 'ਚ ਕਦੇ ਵੀ ਮਹਾਨ ਮਨੁੱਖ ਨਹੀਂ ਬਣ ਸਕੇ ਸੋ ਤੁਸੀਂ ਇਹ ਸੋਚੋ ਕਿ ਕੁਦਰਤ ਨੇ ਤੁਹਾਡਾ ਕੁਝ ਵੀ ਦੂਸਰੇ ਵਰਗਾ ਨਹੀਂ ਰੱਖਿਆ ਤੁਹਾਡੀ ਜਿਹੜੀ ਬਾਡੀ ਆ ਤੁਹਾਡਾ ਜਿਹੜਾ ਜਿਸਮ ਹੈ ਉਹ ਬਿਲਕੁਲ ਦੂਸਰਿਆਂ ਤੋਂ ਵੱਖਰਾ ਹੈ ਤੁਹਾਡੇ ਫਿੰਗਰਪ੍ਰਿੰਟ ਆਫਸ 'ਚ ਨਹੀਂ ਮਿਲਦੇ ਤੁਹਾਡੀਆਂ ਅੱਖਾਂ ਆਫਸ 'ਚ ਨਹੀਂ ਮਿਲਦੀਆਂ ਤੁਸੀਂ ਜਾਣਦੇ ਹੋ 에어ਪੋਰਟਾਂ ਤੇ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਜਿਹੜੇ ਤਾਲੇ ਨੇ ਲੋਕ ਨੇ ਉਹ ਤੁਹਾਡੇ ਅੱਖਾਂ ਨਾਲ ਖੁੱਲਦੇ ਨੇ ਕਿਉਂਕਿ ਅੱਖਾਂ ਕਿਸੇ ਦੀਆਂ ਕਿਸੇ ਨਾਲ ਨਹੀਂ ਮਿਲਦੀਆਂ ਫਿੰਗਰਪ੍ਰਿੰਟ ਕਿਸ ਦੇ ਕਿਸੇ ਨਾਲ ਨਹੀਂ ਮਿਲਦੇ ਸੋਚ ਕਿਸੇ ਦੀ ਕਿਸੇ ਨਾਲ ਨਹੀਂ ਰਲਦੀ ਜੋ ਮੈਂ ਹਾਂ ਉਹ ਮੈਂ ਹਾਂ ਜੋ ਦੂਸਰਾ ਵਿਅਕਤੀ ਹੈ ਉਹ ਡਿਫਰੈਂਟ ਹੈ ਉਹਦਾ ਸਰੀਰ ਡਿਫਰੈਂਟ ਹੈ ਉਹਦੀ ਸੋਚ ਡਿਫਰੈਂਟ ਹੈ ਉਹਦੀ ਪਰਵਰਿਸ਼ ਡਿਫਰੈਂਟ ਹੈ ਜਦੋਂ ਤੁਸੀਂ ਕਿਸੇ ਨੂੰ ਸੁਝਾਅ ਦਿੰਦੇ ਹੋ ਕਿ ਆਹ ਖਾਇਆ ਕਰ ਆਹ ਪਹਿਨੇ ਆ ਕਰ ਇਸ ਤਰ੍ਹਾਂ ਰਹਾ ਕਰ ਇਹ ਧਰਮ ਨੂੰ ਮੰਨਿਆ ਕਰ ਇਹ ਨੂੰ ਮੰਨਿਆ ਕਰ ਸੋ ਤੁਸੀਂ ਜਿਹੜਾ ਹੈਗਾ ਤਾਂ ਇਹ ਸਮਝ ਲਓ ਕਿ ਤੁਸੀਂ ਮਤਲਬ ਇੱਕੋ ਹੋ ਜਿਹੜੀ ਪ੍ਰਵਿਰਤੀ ਆ ਤੁਸੀਂ ਵੀ ਉਹਦੇ ਸ਼ਿਕਾਰ ਹੋ ਜੋ ਦੂਸਰਿਆਂ ਨੂੰ ਆਪਣੇ ਵਰਗਾ ਬਣ ਲਈ ਮਜਬੂਰ ਕਰ ਰਹੇ ਹੋ ਤਾਂ ਉਹਨਾਂ ਨੂੰ ਕੋਈ ਸਪੇਸ ਨਹੀਂ ਦੇ ਰਹੇ ਸੋ ਇਸ ਤਰ੍ਹਾਂ ਤੁਸੀਂ ਬੱਚਿਆਂ ਨਾਲ ਕਰਦੇ ਹੋ ਕਿ ਮੈਂ ਜੋ ਕਿਹਾ ਤੂੰ ਉਹ ਮੰਨ ਮੈਂ ਜੋ ਕਿਹਾ ਤੂੰ ਉਹ ਕਰ ਤੇ ਅਸੀਂ ਆਪ ਮਗਰ ਲੱਗਦੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਦੂਸਰੇ ਲੋਕ ਵੀ ਸਾਡੇ ਮਗਰ ਲੱਗਣ ਸੋ ਇਹ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਸੋ ਮੈਂ ਫੇਰ ਇਹੀ ਕਹੂੰਗਾ ਜਾਂਦਾ ਜਾਂਦਾ ਕਿ ਜੇ ਤੁਸੀਂ ਇੱਕ ਚੰਗੇ ਮਨੁੱਖ ਬਜੋਂ ਆਪਣੀ ਪਰਛਾਂਤ ਬਣਾਉਣੀ ਹੈ ਭਾਵੇਂ ਉਹ ਖੋਜ ਦਾ ਖੇਤਰ ਹੈ ਭਾਵੇਂ ਉਹ ਰਾਈਟਿੰਗ ਦਾ ਖੇਤਰ ਹੈ ਲਿਖਤ ਦਾ ਖੇਤਰ ਹੈ ਭਾਵੇਂ ਉਹ ਜ਼ਿੰਦਗੀ 'ਚ ਕਾਮਯਾਬ ਹੋਣ ਦਾ ਤਰੀਕਾ ਹੈ ਤੇ ਤੁਹਾਨੂੰ ਆਪਣਾ ਰਸਤਾ ਜਿਹੜਾ ਆਪ ਤਲਾਸ਼ਣਾ ਪੈਣਾ ਹੈ ਆਪਣਾ ਰਸਤਾ ਜਿਹੜਾ ਉਹ ਆਪ ਲੱਭਣਾ ਪੈਣਾ ਕਿਉਂ ਲੱਭਣਾ ਪੈਣਾ ਕਿਉਂਕਿ ਤੁਸੀਂ ਜਿਹੜੇ ਹੈਗੇ ਉਹ ਉਹ ਕਿਸੇ ਹੋਰ ਵਰਗੇ ਨਹੀਂ ਤੁਸੀਂ ਬੱਕਰੇ ਹੋ ਤੋਂ ਤੁਸੀਂ ਜਿਹੜਾ ਜਿਹੜਾ ਤੁਹਾਡਾ ਖਾਣ ਪੀਣਾ ਉਹ ਤੁਹਾਡੀ ਬਾਡੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਬੱਕਰਾ ਹੋਣਾ ਹੈ ਤੁਹਾਡੇ ਜਿਹੜੇ ਜੀਨਸ ਨੇ ਉਹ ਬੱਕਰੇ ਨੇ ਤੇ ਤੁਸੀਂ ਜਿਹੜਾ ਹੈਗਾ ਉਹ ਉਸ ਤਰੀਕੇ ਨਾਲ ਖੂਬ-ਖੂਬ ਨਹੀਂ ਜੁਲ ਸਕਦੇ ਇਸੇ ਤਰ੍ਹਾਂ ਜਦੋਂ ਤੁਸੀਂ ਕੋਈ ਕਿੱਤਾ ਚੁਣਨਾ ਹੈ ਤੋਂ ਉਹ ਵੀ ਤੁਸੀਂ ਦੇਖ ਕੇ ਚੁਣਨਾ ਹੈ ਕਿ ਉਹ ਤੁਹਾਨੂੰ ਸੂਟੇਬਲ ਹੈ ਕਿ ਨਹੀਂ ਹੈ ਤੁਸੀਂ ਉਹਦੇ ਵਿੱਚ ਕੰਫਰਟੇਬਲ ਫੀਲ ਕਰਦੇ ਹੋ ਕਿ ਨਹੀਂ ਕਰਦੇ ਹੋ ਸੋ ਇਸੇ ਤਰ੍ਹਾਂ ਘਰ ਲੈਣ ਲੱਗੇ ਕਿ ਮੈਂ ਜਿਹੜਾ ਘਰ ਲੈਣਾ ਹੈ ਉਹ ਮੇਰੀ ਕਿੰਨੀ ਕੁ ਲੋਡ ਹੈ ਕਿੰਨੀ ਕਿ ਮੇਰੀ ਫੈਮਿਲੀ ਹੈ ਤੇ ਮੈਨੂੰ ਪੂਲ ਚਾਹੀਦਾ ਹੈ ਕਿ ਨਹੀਂ ਚਾਹੀਦਾ ਤੁਹਾਡੇ ਘਰ ਚ ਸਿਰਫ ਬਜ਼ੁਰਗ ਮਾਤਾ ਪਿਤਾ ਨੇ ਤੁਸੀਂ ਪੂਲ ਵਾਲਾ ਘਰ ਲੈ ਲੈਨੇ ਹੋ ਕਿ ਮੇਰੇ ਦੋਸਤ ਨੇ ਵੀ ਲਿਆ ਹੋਇਆ ਹੈ ਤੇ ਤੁਸੀਂ 6-7 ਗੱਡੀਆਂ ਦਾ ਡਰਾਈਵਰ ਹੈ ਰਹੇ ਹੋ ਤੇ ਕਾਰ ਤੁਹਾਡੇ ਕੋਲ ਇੱਕ ਹੈ ਤੇ ਤੁਸੀਂ ਬਾਦੂ ਦੀਆਂ ਜਿਹੜੀਆਂ ਪੇਮੈਂਟਸ ਕਰ ਰਹੇ ਹੋ ਬੋਡੀਆਂ ਮਾਰਗੇਜਾਂ ਪੇ ਕਰ ਰਹੇ ਹੋ। ਤੋਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਤੁਹਾਨੂੰ ਫਿਰ ਬਰਬਾਦੀ ਵੱਲ ਲੈ ਕੇ ਜਾਂਦੀਆਂ ਨੇ। ਸੋ ਚਲੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਤੇ ਬਸ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸਾਡੇ ਪੰਜਾਬੀਆਂ ਚ ਵਾਕਿਆ ਹੀ ਭੇੜਚਾਲ ਦੀ ਪ੍ਰਵਿਰਤੀ ਹੈ ਕਿ ਅਸੀਂ ਮਗਰ ਲੱਗਦੇ ਹਾਂ ਤੇ ਦੂਜੇ ਲੋਕਾਂ ਨੂੰ ਆਪਣੀ ਗੱਲ ਮਨਵਾਉਣ ਲਈ ਹਰ ਹਿੱਲਾ ਵਸੀਲਾ ਵਰਤਦੇ ਹਾਂ ਤੇ ਉਹਨਾਂ ਨੂੰ ਫੋਰਸ ਕਰਦੇ ਹਾਂ ਕਿ ਮੈਂ ਜੋ ਤੁਹਾਨੂੰ ਕਹਿ ਰਿਹਾ ਇਹ ਹੀ ਠੀਕ ਹੈ ਤੇ ਇਸੇ ਗੱਲ ਨੂੰ ਮੰਨੋ ਤੇ ਆਪ ਵੀ ਇਸੇ ਤਰ੍ਹਾਂ ਕਰਦੇ ਹਾਂ ਤੇ ਇਹ ਮੈਂ ਜਾਣਨਾ ਚਾਹੁੰਦਾ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਬਾਹਰ ਨਿਕਲਿਆਏ ਅਸੀਂ ਆਪਣੇ ਨਿੱਜ ਨੂੰ ਸਮਝ ਲਿਆ ਅਸੀਂ ਆਪਣੀ ਪਛਾਣ ਨੂੰ ਸਮਝ ਲਿਆ ਤੇ ਫਿਰ ਅਸੀਂ ਇੱਕ ਨਵਾਂ ਰਸਤਾ ਬਣਾਵਾਂਗੇ ਇੱਕ ਨਵਾਂ ਰਸਤਾ ਉਲੀਕਾਂਗੇ ਦੁਨੀਆ ਲਈ ਉਦਾਹਰਨ ਬਣਾਂਗੇ ਤੇ ਉਹੀ ਸਾਡੀ ਪਛਾਣ ਹੋਵੇਗੀ ਸੋ ਇੱਥੇ ਹੀ ਕਰਦੇ ਹਾਂ ਸਮਾਪਤ ਮੈਨੂੰ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਦਿਓ ਫਿਰ ਆ ਗਿਆ। ਅਗਲੇ ਪੌਡਕਾਸਟ ਵਿੱਚ ਮਿਲਦੇ ਹਾਂ, ਅਗਲੀ ਪੌਡਕਾਸਟ ਦੇ ਵਿੱਚ ਮਿਲਦੇ ਹਾਂ। ਵੇਜਲ ਮੋਟ ਪਾ ਲਓ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।